ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ ਲਗਾਤਾਰ ਇੱਕ ਦਿਨ ਵਿੱਚ 4 ਲੱਖ ਕੇਸ ਅਤੇ 4000 ਮੌਤਾਂ ਹੋ ਰਹੀਆਂ ਨੇ ਦਰਿਆਵਾਂ ਵਿੱਚ ਲਾਸ਼ਾਂ ਛੁੱਟੀਆਂ ਜਾ ਰਹੀਆਂ ਨੇ ਸ਼ਮਸ਼ਾਨ ਘਾਟ ਵਿੱਚ ਨੰਬਰ ਨਹੀਂ ਲੱਗ ਰਿਹਾ ਸਭ ਦੇ ਦੌਰਾਨ ਸ਼ਿਵ ਸੈਨਾ ਪ੍ਰਧਾਨ ਮੰਤਰੀ ਦੇ 7 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ ਲੋਕਾਂ ਵਿੱਚ ਲੱਡੂ ਵੰਡੇ ਜਾ ਰਹੇ ਨੇ ਇਹ ਬਹੁਤ ਵੱਡਾ ਸਵਾਲ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਦੇ ਸ਼ਾਸਨ ਵਿੱਚ ਕੋਰੋਨਾ ਦਾ ਕਹਿਰ ਚੱਲਦਿਆਂ ਜਿੱਥੇ ਕਿ ਹਜ਼ਾਰਾਂ ਮੌਤਾਂ ਰੋਜ਼ ਸਾਨੂੰ ਦਿਖ ਰਹੀਆਂ ਨੇ ਕਿੰਨੇ ਹੀ ਪਰਿਵਾਰ ਖਤਮ ਹੋ ਰਹੇ ਇਸ ਦੇ ਚਲਦੇ ਕਿ ਇਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਇਹ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਉੱਠਦਾ ਹੈ ਕਿ ਜਿੱਥੇ ਭਾਰਤ ਮਰ ਰਿਹਾ ਹੈ ਉੱਥੇ ਹੀ ਇਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿੱਥੇ ਇਹਨਾਂ ਹਾਲਾਤਾਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਕੰਮ ਕਰਨਾ ਚਾਹੀਦਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਦੇ 7 ਸਾਲ ਪੂਰੇ ਹੋਣ ਤੇ ਸ਼ਿਵ ਸੈਨਾ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਇਹ ਕਾਫੀ ਵੱਡਾ ਪ੍ਰਸ਼ਨ ਚਿੰਨ੍ਹ ਉੱਠਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਨੀਆਂ ਮੌਤਾਂ ਨੂੰ ਪਰੇ ਰੱਖ ਕੇ ਪ੍ਰਧਾਨ ਮੰਤਰੀ ਦੇ 7 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹੋ ਇੱਕ ਕਾਫੀ ਵੱਡਾ ਪ੍ਰਸ਼ਨ ਚਿੰਤ ਉੱਠਦਾ ਲੋਕ ਪੁੱਛਦੇ ਨੇ ਕਿ ਕਰੋਨਾ ਕਾਰੀਏ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਕਿ ਉਹਨਾਂ ਦਾ ਦਰਸ਼ਨ ਬਣਾਇਆ ਜਾ ਰਿਹਾ ਹੈ ਉਹਨਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਅੱਜ ਦਾ ਜਿਹੜਾ ਇਹ ਲੱਡੂ ਵੰਡ ਸਮਾਰੋਹ ਆ ਸਾਡੇ ਮੰਨਨਿਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੇ ਅੱਜ 7 ਸਾਲ ਕਾਰਜਕਾਲ ਪੂਰੇ ਹੋ ਚੁੱਕੇ ਨੇ ਸਾਨੂੰ ਹਿੰਦੂਆਂ ਨੂੰ ਸ਼੍ਰੀ ਰਾਮ ਮੰਦਰ ਜੀ ਦਾ ਤੋਹਫਾ ਕਸ਼ਮੀਰ ਵਿੱਚੋਂ ਧਾਰਾ 370 ਤੇ ਹੋਰ ਵੀ ਬੜੇ ਐਸੇ ਤੋਹਫੇ ਨੇ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਮਹਾਮਾਰੀ ਦੌਰਾਨ ਇੰਨੀ ਜਲਦੀ ਵੈਕਸੀਨ ਬਣਾਉਣਾ ਮੁਸਲਮਾਨਾਂ ਨੂੰ ਤਲਾਕ ਤਿੰਨ ਤਲਾਕ ਦੇ ਮੁਕਤ ਕਰਉਣਾ ਜਿਨ੍ਹਾਂ ਦੇ ਵਿੱਚ ਬਹੁਤ ਜਿਹੜੇ ਇਹਨੇ ਸਾਨੂੰ ਤੋਹਫੇ ਦਿੱਤੇ ਗਏ ਨੇ ਜਿਹਦਾ ਦਿਨ ਅਸੀਂ ਪ੍ਰਧਾਨ ਜਿਹੜੇ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਦੇ ਨਹੀਂ ਦੇ ਸਕਦੇ ਸਾਡੇ ਤੇ ਜਿੰਨੇ ਇਹਸਾਨ ਕੀਤੇ ਗਏ ਨੇ ਉਹਨਾਂ ਦਾ ਬਦਲਾ ਦੇ ਨਹੀਂ ਚੁਕਾ ਸਕਦੇ ਪਰ ਉਹਨਾਂ ਇਹਸਾਨਾਂ ਦੇ ਬਦਲੇ ਅਜੇ ਖੁਸ਼ੀ ਮਨਾ ਰਹੇ ਆ शिवसाना केसरी ਨੇ ਇਹ ਐਲਾਨ ਕੀਤਾ ਸੀ ਕਿ ਅੱਜ ਅੱਜ ਦੇ ਦਿਨ ਬੁੱਧ ਪੂਰणिमा ਜਿਹੜਾ ਹਿੰਦੂਆਂ ਦਾ ਇੱਕ ਪਵਿੱਤਰ ਤਿਉਹਾਰ ਹੈ ਇਸ ਦਿਨ ਅਜੇ ਨਰਿੰਦਰ ਮੋਦੀ ਦੇ 7 ਸਾਲ ਪੂਰੇ ਵੀ ਹੋਏ ਨੇ ਇਸ ਦੌਰਾਨ शिवसना केसरी ਨੇ ਐਲਾਨ ਕੀਤਾ ਸੀ ਕਿ ਆਪੋ ਆਪਣੇ ਘਰਾਂ ਦੇ ਦਫ਼ਤਰਾਂ ਦੇ ਉੱਪਰ ਕੇਸਰੀ ਝੰਡੇ ਲਹਿਰਾਏ ਜਾਣਗੇ ਜਿਸ ਨੂੰ ਮੁੱਖ ਰੱਖਦੇ ਹੋਏ शिवसना केसरी ਦੇ ਮੁੱਖ ਦਫ਼ਤਰ ਦੇ ਉੱਤੇ ਕੇਸਰੀ ਝੰਡੇ ਲਹਿਰਾਏ ਗਏ ਨੇ ਤੇ शिवसना केसरी ਦੇ ਜਿੰਨੇ ਵੀ ਕਾਰਜਕਰਤਾ ਪ੍ਰਦਾਨ ਨੇ ਸਾਰਿਆਂ ਨੇ ਆਪੋ ਆਪਣੇ ਘਰਾਂ ਦੇ ਉੱਪਰ ਕੇਸਰੀ ਝੰਡੇ ਲਹਿਰਾਏ ਨੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਇਆਂ ਅੱਜ ਜਿਵੇਂ शिवसना केसरी ਨੇ ਐਲਾਨ ਕੀਤਾ ਸੀ ਕਿ ਇਸ ਚੀਜ਼ ਦੀ ਖੁਸ਼ੀ ਮਨਾਈ ਜਾਏਗੀ ਇਸ ਕੋਸ਼ਿ ਨੂੰ ਪ੍ਰਗਟ ਕਰਨ ਵਾਸਤੇ ਅਸੀਂ ਲੱਡੂਆਂ ਦਾ ਲੰਗਰ ਲਗਾ ਰਹੇ ਹਾਂ ਇਹ ਲੱਡੂ ਸਾਰੇ ਜਨਤਾ 'ਚ ਵੰਡ ਰਹੇ ਹਾਂ ਤੇ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਨੀਤੀਆਂ ਨੂੰ ਘਰ ਘਰ ਪੰਚਾ ਰਹੇ ਹਾਂ ਇੱਕ ਗੱਲ ਪ੍ਰਧਾਨ ਜੀ ਹੋਰ ਜੀ ਜਿੱਥੇ ਤੁਸੀਂ ਅੱਜ ਲੱਡੂ ਵੰਡ ਰਹੇ ਰਹੇ ਉੱਥੇ ਕਿਸਾਨ ਜਿਹੜੇ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਫੂਕ ਰਹੇ ਨੇ ਇਸ ਬਾਰੇ ਕੀ ਵਿਚਾਰ ਹੈ ਜੀ ਤੁਹਾਡਾ ਇਹ ਵੀਰ ਜੀ ਆਪੋ ਆਪਣੇ ਵਿਚਾਰਿਆ ਜਿਸ ਨੂੰ ਦੇਖੋ ਮਾਂ ਕਿਸੇ ਨੂੰ ਵਾਦੀ ਕੇ ਨੂੰ ਸੁਵਾਦੀ ਹਰ ਇੱਕ ਚੀਜ਼ ਹਰ ਕਿਸੇ ਨੂੰ ਸਹੀ ਨਹੀਂ ਹੋ ਸਕਦੀ ਜੇ ਉਹਨਾਂ ਨੂੰ ਕੁਝ ਨੀਤੀਆਂ ਸਹੀ ਨਹੀਂ ਲੱਗੀਆਂ ਜਿਹੜਾ ਉਹਨਾਂ ਦਾ ਬੇਲੇ ਆ ਉਹਦੇ ਵਿੱਚ ਕੋਈ ਨੀਤੀਆਂ ਗਲਤ ਲੱਗੀਆਂ ਹੋਣਗੀਆਂ ਉਹ ਆਪਣਾ ਵਿਰੋਧ ਕਰ ਰਹੇ ਨੇ ਪਰ ਇੱਕ ਗੱਲ ਬੜੇ ਸ਼ਰਮਨਾ ਕਹਿਣੀ ਪੈਂਦੀ ਆ ਇਹਨਾਂ ਨੂੰ ਵਿਰੋਧ ਕਰਨ ਲਈ ਹਰ ਵਾਰ ਹਿੰਦੂਆਂ ਦਾ ਤਿਹਾਰੀ ਕਿਉਂ ਚੁਣਿਆ ਜਾਂਦਾ ਏ ਜਦ ਵੀ ਚੁਣੀ ਜਾਂਦੀ ਏ ਸਾਡੀ ਦਾ ਕਾਲੀ ਦੀਵਾਲੀ ਮਣਾਈ ਜਾਂਦੀ ਆ ਅੱਜ ਬੁੱਧ ਪੂਰਨਮਾ ਦਾ ਤਿਉਹਾਰ ਸੀ ਅੱਜ ਇਹਨੂੰ ਕਾਲਾ ਕਹਿੰਦਾ ਕਿਉਂ ਹਿੰਦੂਆਂ ਨੂੰ ਜਾਣ ਬੁੱਝ ਕੇ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜੇ ਇਹ ਨਾ ਰੋਸ਼ਮਾਰਜ ਕਰਨਾ ਹੀ ਆ ਜੀ ਸਦਕੇ ਕਰਨ ਪਰ ਸਾਡੇ ਤਿਹਾਰਾਂ ਨੂੰ ਨਾ ਕਾਲਾ ਕਰਨ ਜੇ ਨਾ Eid ਮਨਾਈ ਗਈ ਆ ਉਸ ਵੇਲੇ ਕਾਲੀ Eid ਕਿਉਂ ਨਹੀਂ ਮਨਾਈ ਗਈ ਉਸ ਵੇਲੇ ਬੜਾ ਮੁਸਲਮਾਨਾਂ ਨਾਲ ਜਫੀਆਂ ਪਾ ਕੇ ਨਾ Eid ਬਣਾਈ ਆ ਉਹ ਸੀਦ ਨੂੰ ਕਾਲਾ ਕਿਉਂ ਨਹੀਂ ਬਣਾਇਆ ਕਿਉਂਕਿ ਹਲੇ ਤੱਕ ਇਹਨਾਂ ਜਿਹੜੇ ਬਿੱਲ ਸੀ ਉਹ ਰੱਦ ਨਹੀਂ ਕੀਤੇ ਗਏ ਮੁਸਲਮਾਨਾਂ ਨੂੰ ਜਫੀਆਂ ਪਾ ਕੇ Eid ਮਨਾਈ ਜਾਣੀ ਬਿਲਕੁਲ ਸਹੀ ਆ ਪਰ ਜੇ ਹਿੰਦੂਆਂ ਦਾ ਕੋਈ ਵੀ ਤਿਉਹਾਰ ਆਏ ਉਹਨੂੰ ਕਾਲਾ ਬਣਾਇਆ ਜਾਏਗਾ ਬੜੀ ਸ਼ਰਮ ਵਾਲੀ ਗੱਲ ਇਹ ਦੇ ਨਾਲ